ਦੋਸਤੋ, ਜਦੋਂ ਵੀ ਤੁਸੀਂ ਆਪਣੇ ਮੋਬਾਈਲ ਦੇ ਨਾਲ ਕੋਈ ਫੋਟੋ ਖਿੱਚਦੇ ਹੋ ਤਾਂ ਕੀ ਤੁਹਾਨੂੰ ਲੱਗਦਾ ਕਿ ਫੋਟੋ ਬਹੁਤ ਹੀ ਵਧੀਆ ਨਹੀਂ ਆ ਰਹੀ? ਜਾਂ ਫਿਰ ਜਦੋਂ ਵੀ ਤੁਸੀਂ ਆਪਣੇ ਮੋਬਾਈਲ ਦੇ ਨਾਲ ਕੋਈ ਵੀਡੀਓ ਬਣਾਉਣ ਲੱਗਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਹੋਰ ਵਧੀਆ ਵੀਡੀਓ ਬਣਨੀ ਚਾਹੀਦੀ ਸੀ? ਜੇਕਰ ਹਾਂ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ। ਸਤਿ ਸ਼੍ਰੀ ਅਕਾਲ ਜੀ, ਬਾਈ ਜੀ ਪੰਜਾਬੀ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਅਵਤਾਰ ਸਿੰਘ ਕੰਬੋਜ। ਤਾਂ ਫਿਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਕੁ ਸੈਟਿੰਗਾਂ ਕਰਨ ਤੋਂ ਬਾਅਦ ਤੁਹਾਡਾ ਆਪਣਾ ਮੋਬਾਈਲ ਹੁਣ ਨਾਲੋਂ ਲਗਭਗ 10-20 ਗੁਣਾ ਵਧੀਆ ਫੋਟੋ ਖਿੱਚ ਸਕਦਾ ਹੈ, ਜਾਂ ਫਿਰ ਹੁਣ ਨਾਲੋਂ 10-20 ਗੁਣਾ ਕਈ ਗੁਣਾ ਵਧੀਆ ਵੀਡੀਓ ਵੀ ਬਣਾ ਸਕਦਾ ਹੈ? ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਕਿ ਤੁਹਾਨੂੰ ਕਿਹੜੀ ਸੈਟਿੰਗ ਕਰਨੀ ਪਵੇਗੀ, ਕੀ ਤੁਹਾਨੂੰ ਕਰਨਾ ਪਵੇਗਾ ਤਾਂ ਕਿ ਤੁਹਾਡਾ ਮੋਬਾਈਲ ਬਹੁਤ ਵਧੀਆ ਫੋਟੋ ਖਿੱਚਣ ਲੱਗ ਜਾਵੇ ਅਤੇ ਬਹੁਤ ਹੀ ਵਧੀਆ ਵੀਡੀਓ ਵੀ ਬਣਾਉਣ ਲੱਗ ਜਾਵੇ। ਸੋ ਦੋਸਤੋ, ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਨਾ, ਅਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਪੰਜਾਬੀ ਨੂੰ ਸਬਸਕ੍ਰਾਈਬ ਵੀ ਕਰ ਲਓ। ਤਾਂ ਸਾਰੀ ਜਾਣਕਾਰੀ ਦੇਣ ਦੇ ਲਈ ਤੁਸੀਂ ਕੀ ਕਰਨਾ ਹੈ, ਕਿਹੜੀ ਸੈਟਿੰਗ ਕਰਨੀ ਹੈ, ਇਹ ਦੱਸਣ ਦੇ ਲਈ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਲੈ ਕੇ ਚੱਲਦਾ ਹਾਂ। ਸੋ ਦੋਸਤੋ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਐਪ ਦਾ ਨਾਮ ਦੱਸਾਂ, ਆਪਾਂ ਇਸ ਦੀ ਸੈਟਿੰਗ ਦੇ ਵਿੱਚ ਚੱਲਦੇ ਹਾਂ, ਅਤੇ ਸੈਟਿੰਗ ਦੇ ਵਿੱਚ ਜਾ ਕੇ ਆਪਾਂ ਵੇਖਦੇ ਹਾਂ ਕਿ ਕਾਫੀ ਫੰਕਸ਼ਨ ਇਸ ਦੇ ਵਿੱਚ ਹੈਗੇ ਆ। ਤਾਂ ਆਪਾਂ ਪਹਿਲਾਂ ਫੋਟੋ ਦੀ ਸੈਟਿੰਗ ਦੇ ਵਿੱਚ ਚੱਲਦੇ ਹਾਂ, ਕਿਉਂਕਿ ਆਪਾਂ ਜੇਕਰ ਫੋਟੋ ਖਿੱਚਣੀ ਹੋਵੇ ਬਹੁਤ ਵਧੀਆ ਤਾਂ ਆਪਾਂ ਕੀ ਕਰਨਾ ਪਵੇਗਾ। ਫੋਟੋ ਦੀ ਸੈਟਿੰਗ ਦੇ ਵਿੱਚ ਆਪਾਂ ਚੱਲਦੇ ਹਾਂ, ਸਭ ਤੋਂ ਉੱਪਰ ਦੇਖੋ ਤੁਸੀਂ ਕੈਮਰਾ ਰੈਜੋਲੇਸ਼ਨ ਲਿਖਿਆ ਹੋਇਆ ਹੈਗਾ। ਜਦੋਂ ਆਪਾਂ ਕੈਮਰਾ ਰੈਜੋਲੇਸ਼ਨ ਦੇ ਵਿੱਚ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਆਪਸ਼ਨਾਂ ਨੇ ਕਿ ਅਸੀਂ ਕੈਮਰੇ ਦਾ ਰੈਜੋਲੇਸ਼ਨ ਕਿੰਨਾ ਚੁਣਨਾ ਹੈ। ਤੁਸੀਂ ਜੇਕਰ ਇਸ ਨੂੰ ਟੌਪ 'ਤੇ ਕਰ ਦਿਓ, ਮੈਂ ਸਭ ਤੋਂ ਉੱਪਰ ਟੌਪ 'ਤੇ ਕਰ ਰੱਖਿਆ ਹੈ 40:96x30x72, ਤਾਂ ਫਿਰ ਇਹ ਸਭ ਤੋਂ ਟੌਪ ਵਾਲਾ ਹੈਗਾ ਤਾਂ ਬਹੁਤ ਵਧੀਆ ਇਹ ਫੋਟੋ ਖਿੱਚ ਸਕਦਾ। ਹਾਲਾਂਕਿ ਜੇਕਰ ਤੁਸੀਂ 16:9 ਦੇ ਵਿੱਚ ਖਿੱਚਣੀ ਹੋਵੇ ਤਾਂ ਤੀਜੇ ਨੰਬਰ ਵਾਲੀ ਆਪਸ਼ਨ ਵੀ ਤੁਸੀਂ ਕਰ ਸਕਦੇ ਹੋ। ਸੋ ਜਿਹੜੀ ਤੁਹਾਡੀ ਪਸੰਦ ਦੀ ਆਪਸ਼ਨ ਹੈ ਤੁਸੀਂ ਉਹ ਕਰਕੇ ਇਸ ਵਿੱਚ ਫੋਟੋ ਖਿੱਚੋਗੇ ਤਾਂ ਫੋਟੋ ਬਹੁਤ ਹੀ ਵਧੀਆ ਤੁਹਾਡੀ ਐਪ ਹੈਗੀ ਇਹ ਖਿੱਚੂਗੀ। ਤਾਂ ਫਿਰ ਹੁਣ ਆਪਾਂ ਇਸ ਤੋਂ ਬਾਅਦ ਪਿੱਛੇ ਚੱਲਦੇ ਹਾਂ ਤਾਂ ਦੇਖਦੇ ਹਾਂ ਕਿ ਇਮੇਜ ਕੁਆਲਿਟੀ ਵੀ ਹੈਗੀ ਇਸ ਦੇ ਵਿੱਚ। ਤਾਂ ਇਮੇਜ ਕੁਆਲਿਟੀ ਨੂੰ ਤੁਸੀਂ ਇਹਨੇ ਡਿਫਾਲਟ 90% ਕੀਤਾ ਹੁੰਦਾ ਤਾਂ ਠੀਕ ਹੈਗੀ ਹੈ, ਇਸ ਨੂੰ 90% ਦੇ ਉੱਪਰ ਤੁਸੀਂ ਇਸਤੇਮਾਲ ਕਰ ਸਕਦੇ ਹੋ। ਅਤੇ ਇਮੇਜ ਫੋਰਮੈਟ ਦੇ ਵਿੱਚ ਜਾਓ ਤਾਂ ਤੁਸੀਂ JPEG, WebP, PNG ਕਈ ਫੋਰਮੈਟ, 3 ਫੋਰਮੈਟ ਦਿੱਤੇ ਹੋਏ ਨੇ, ਆਪਾਂ JPEG ਦਾ ਹੀ ਇਸਤੇਮਾਲ ਕਰਦੇ ਹਾਂ। ਸੋ ਆਪਾਂ ਚੱਲਦੇ ਹਾਂ ਵੀਡੀਓ ਰਿਕਾਰਡਿੰਗ ਦੇ ਵੱਲ, ਵੀਡੀਓ ਸੈਟਿੰਗ ਦੇ ਵੱਲ। ਜਦੋਂ ਆਪਾਂ ਵੀਡੀਓ ਸੈਟਿੰਗ ਦੇ ਵਿੱਚ ਜਾਂਦੇ ਹਾਂ ਤਾਂ ਇਸੇ ਤਰ੍ਹਾਂ ਵੀਡੀਓ ਦੀ ਰੈਜੋਲੇਸ਼ਨ ਵੀ ਸਭ ਤੋਂ ਉੱਪਰ ਆਪਸ਼ਨ ਹੈਗੀ ਹੈ। ਜਦੋਂ ਆਪਾਂ ਇਸ ਨੂੰ ਖੋਲਦੇ ਹਾਂ ਤਾਂ ਇਸ ਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਾਂ ਸਾਨੂੰ ਨਜ਼ਰ ਆਉਂਦੀਆਂ ਨੇ, ਅਤੇ ਮੈਂ ਇਸ ਵਕਤ ਫੁੱਲ HD ਕਰ ਰੱਖੀ ਹੈ। ਫੁੱਲ HD 1920x1080, 16:9 ਰੇਸ਼ੀਓ ਵਾਲੀ ਹੈਗੀ ਇਹ, ਤਾਂ ਇਹ ਬਹੁਤ ਵਧੀਆ ਵੀਡੀਓ ਇਸ ਆਪਸ਼ਨ ਦੇ ਵਿੱਚ ਰਿਕਾਰਡ ਹੁੰਦੀ। ਹਾਲਾਂਕਿ ਇਸ ਨੂੰ ਤੁਸੀਂ ਹੋਰ ਵੀ ਆਪਸ਼ਨਾਂ ਬਹੁਤ ਨੇ, ਇਸ ਨੂੰ ਤੁਸੀਂ HD ਫੁੱਲ HD ਤਾਂ ਮੈਂ ਕਰ ਹੀ ਰੱਖੀ ਹੈ, ਇਸ ਨੂੰ ਤੁਸੀਂ 4K ਵੀ ਕਰ ਸਕਦੇ ਹੋ। ਤੁਹਾਨੂੰ ਮੈਂ ਦਿਖਾਉਣਾ, ਹੋਰ ਜੇਕਰ ਆਪਾਂ ਉੱਪਰ ਨੂੰ ਜਾਈਏ ਤਾਂ ਤੁਹਾਨੂੰ 4K ਵਾਲੀ ਆਪਸ਼ਨ ਵੀ ਤੁਹਾਨੂੰ ਨਜ਼ਰ ਆ ਜਾਣੀ ਹੈਗੀ ਹੈ। ਇਹ ਦੇਖੋ, ਇਹ ਹੈਗੀ 4K ਵਾਲੀ ਆਪਸ਼ਨ। ਤਾਂ ਹੁਣ 4K ਹੋ ਗਿਆ 3840x2160। 4K ਜੇਕਰ ਤੁਸੀਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਬਹੁਤ ਜ਼ਿਆਦਾ ਤੁਹਾਡੀ ਸਪੇਸ ਲੈ ਲੈਂਦਾ 4K, ਬਹੁਤ ਜ਼ਿਆਦਾ ਵਧੀਆ ਕੁਆਲਿਟੀ ਆ ਜਾਂਦੀ ਹੈ, ਤਾਂ ਫਿਰ ਤੁਸੀਂ ਇਸ ਨੂੰ ਜਿਹੜੀ ਆਪਾਂ ਆਪਸ਼ਨ ਪਹਿਲਾਂ ਕੀਤੀ ਹੋਈ ਸੀਗੀ ਫੁੱਲ HD, ਤਾਂ ਫੁੱਲ HD ਨੂੰ ਕਰ ਲਓ, ਬਹੁਤ ਵਧੀਆ ਤੁਹਾਡੀ ਵੀਡੀਓ ਆਵੇਗੀ। ਅਤੇ ਹੁਣ ਇੱਕ ਫੋਰਮੈਟ ਵੀ ਇਸ ਦੇ ਵਿੱਚ ਦਿੱਤੇ ਹੋਏ ਨੇ, ਕਿਹੜਾ ਵੀਡੀਓ ਫੋਰਮੈਟ ਕਰਨਾ, ਤੁਸੀਂ ਡਿਫਾਲਟ ਦੇ ਉੱਪਰ ਰੱਖ ਲਓ ਤਾਂ ਬਹੁਤ ਵਧੀਆ ਵੀਡੀਓ ਆਉਂਦੀ ਹੈਗੀ ਹੈ। ਤਾਂ ਹੁਣ ਜਦੋਂ ਆਪਾਂ ਇੱਕ ਵਾਰੀ ਫਿਰ ਵਾਪਸ ਜਾ ਕੇ ਇਸ ਦੇ ਵਿੱਚ ਇੱਕ ਹੋਰ ਬਹੁਤ ਵਧੀਆ ਆਪਸ਼ਨ ਤੁਹਾਨੂੰ ਜਿਹੜੀ ਦੇਖਣ ਨੂੰ ਮਿਲੇਗੀ, ਉਹ ਹੈਗੀ ਕੈਮਰਾ ਪ੍ਰਵਿਊ। ਕੈਮਰੇ ਪ੍ਰਵਿਊ ਦੇ ਵਿੱਚ ਜਿਹੜੀ ਆਪਸ਼ਨ ਮੈਂ ਤੁਹਾਨੂੰ ਦੱਸ ਰਿਹਾ, ਉਹ ਆਪਸ਼ਨ ਹੈਗੀ ਹੈ ਜੇਕਰ ਥੱਲੇ ਤੁਸੀਂ ਲੈ ਕੇ ਜਾਓਗੇ 100 ਆਡੀਓ ਲੈਵਲ ਮੀਟਰ। ਆਡੀਓ ਲੈਵਲ ਮੀਟਰ ਵੀ ਇਸ ਦੇ ਕੈਮਰੇ ਦੇ ਵਿੱਚ 100 ਹੁੰਦਾ, ਜਿਵੇਂ ਤੁਸੀਂ ਵੀਡੀਓ ਬਣਾ ਰਹੇ ਹੋ ਜੇਕਰ, ਤਾਂ ਫਿਰ ਜੇ ਤੁਸੀਂ ਕੁਛ ਬੋਲੋਗੇ ਤਾਂ ਉਸਦਾ ਆਡੀਓ ਦਾ ਲੈਵਲ ਕਿੰਨਾ ਰਿਕਾਰਡ ਕੀਤਾ ਜਾ ਰਿਹਾ ਉਹ 100 ਹੁੰਦਾ ਹੈ ਜੇਕਰ ਇਸ ਨੂੰ ਤੁਸੀਂ ਔਨ ਕਰ ਲਓ। ਹੁਣ ਮੈਂ ਆਡੀਓ ਲੈਵਲ ਮੀਟਰ ਔਨ ਕਰਦਾ, ਆਮ ਤੌਰ ਦੇ ਉੱਪਰ ਜੋ ਮੋਬਾਈਲ ਦੇ ਕੈਮਰੇ ਹੁੰਦੇ ਉਹਨਾਂ ਦੇ ਵਿੱਚ ਆਡੀਓ ਲੈਵਲ ਨਹੀਂ ਹੁੰਦਾ, ਅਤੇ ਸਾਨੂੰ ਅਸੀਂ ਵੀਡੀਓ ਰਿਕਾਰਡ ਕਰਦੇ ਹਾਂ ਬਾਅਦ 'ਚ ਕਈ ਵਾਰ ਪਤਾ ਲੱਗਦਾ ਕਿ ਆਵਾਜ਼ ਤਾਂ ਰਿਕਾਰਡ ਹੀ ਨਹੀਂ ਹੋਈ ਹੈਗੀ। ਸੋ ਇਹ ਬਹੁਤ ਵਧੀਆ ਫੰਕਸ਼ਨ ਹੈਗਾ 100 ਆਡੀਓ ਲੈਵਲ ਮੀਟਰ ਦਾ, ਇਸ ਨੂੰ ਵੀ ਔਨ ਕਰ ਲਓ ਤੁਸੀਂ ਤਾਂ ਤੁਹਾਡੇ ਇਸ ਨੂੰ ਬਹੁਤ ਹੀ ਵਧੀਆ ਐਪਲੀਕੇਸ਼ਨ ਹੈ। ਜੇਕਰ ਤੁਸੀਂ ਇਸ ਐਪਲੀਕੇਸ਼ਨ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਇਸ ਦੇ ਵਿੱਚ ਤੁਸੀਂ ਕੋਈ ਵੀ ਫੋਟੋ ਖਿੱਚਦੇ ਹੋ ਜਾਂ ਮੂਵੀ ਬਣਾਉਂਦੇ ਹੋ ਤਾਂ ਬਹੁਤ ਹੀ ਵਧੀਆ ਕੁਆਲਿਟੀ ਦੀ ਮੂਵੀ ਬਣਦੀ, ਬਹੁਤ ਹੀ ਵਧੀਆ ਕੁਆਲਿਟੀ ਦੀ ਫੋਟੋ ਬਣਦੀ ਹੈਗੀ ਹੈ। ਤਾਂ ਮੈਂ ਇੱਕ ਹੋਰ ਆਪਸ਼ਨ ਜੋ ਮੈਂ ਤੁਹਾਨੂੰ ਦੱਸਣਾ ਵਿਸ਼ੇਸ਼ ਤੌਰ ਦੇ ਉੱਪਰ ਚਾਹਾਂਗਾ ਇਸ ਦੇ ਵਿੱਚ, ਇਸ ਐਪਲੀਕੇਸ਼ਨ ਦੇ ਸਟਾਰਟਿੰਗ ਦੇ ਵਿੱਚ ਇੱਕ ਤੁਹਾਨੂੰ ਆਪਸ਼ਨ ਦਿਖਾਉਣਾ, ਇਹ 3 ਬਿੰਦੀਆਂ ਬਣੀਆਂ ਹੋਈਆਂ ਗੱਬੇ, ਤਾਂ 3 ਬਿੰਦੀਆਂ ਦੇ ਉੱਪਰ ਜਦੋਂ ਆਪਾਂ ਕਲਿੱਕ ਕਰਦੇ ਹਾਂ ਤਾਂ ਇਸ ਦੇ ਵਿੱਚ ਇੱਕ ਵਾਈਟ ਬੈਲੈਂਸ ਦੀ ਆਪਸ਼ਨ ਹੈਗੀ ਹੈ। ਜਦੋਂ ਆਪਾਂ ਵਾਈਟ ਬੈਲੈਂਸ ਦੇ ਉੱਪਰ ਜਾਂਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਇਸ ਦੇ ਵਿੱਚ ਡੇ ਲਾਈਟ, ਕਲਾਊਡੀ, ਟਵਾਈਲਾਈਟ, ਵਾਮ, ਫਲੋਰਸੈਂਟ, ਕਿੰਨੀਆਂ ਹੀ ਉਹ ਸਾਰੀਆਂ ਆਪਸ਼ਨਾਂ ਨੇ। ਸਪੋਜ਼ ਕਰ ਲਓ ਤੁਸੀਂ ਸੂਰਜ ਦੀ ਰੋਸ਼ਨੀ ਵਿੱਚ
ਮੂਵੀ ਬਣਾਉਣੀ ਆ ਹੈਗੀ ਆ ਫੋਟੋ ਖਿੱਚਣੀ ਹੈਗੀ ਤਾਂ ਤੁਸੀਂ ਡੇ ਲਾਈਟ ਦੇ ਉੱਪਰ ਕਰ ਸਕਦੇ ਹੋ, ਇਸੇ ਤਰ੍ਹਾਂ ਜੇਕਰ ਤੁਸੀਂ ਬੱਦਲਾਂ ਦੇ ਵਿੱਚ ਫੋਟੋ ਖਿੱਚਣੀ ਜਾਂ ਮੂਵੀ ਬਣਾਉਣੀ ਤੁਸੀਂ ਕਲਾਊਡੀ ਦੇ ਉੱਪਰ ਕਰ ਸਕਦੇ ਹੋ, ਜੇਕਰ ਤੁਸੀਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਚਾਹੁੰਦੇ ਤਾਂ ਤੁਸੀਂ ਆਟੋ ਦੇ ਉੱਪਰ ਕਰਕੇ ਵੀ ਫੋਟੋਆਂ ਖਿੱਚ ਸਕਦੇ ਹੋ ਅਤੇ ਵੀਡੀਓ ਬਣਾ ਸਕਦੇ ਹੋ, ਬਹੁਤ ਹੀ ਵਧੀਆ ਤੁਹਾਡੀ ਫੋਟੋ ਖਿੱਚੀ ਜਾਣਗੀ, ਬਹੁਤ ਹੀ ਵਧੀਆ ਤੁਹਾਡੀ ਵੀਡੀਓ ਦੀ ਰਿਕਾਰਡਿੰਗ ਹੋਵੇਗੀ। ਸੋ ਦੋਸਤੋ ਹੁਣ ਮੈਂ ਤੁਹਾਨੂੰ ਇਸ ਐਪਲੀਕੇਸ਼ਨ ਦਾ ਨਾਮ ਦੱਸ ਦਿੰਦਾ, ਇਹ ਐਪਲੀਕੇਸ਼ਨ ਹੈਗੀ ਓਪਨ ਕੈਮਰਾ, ਓਪਨ ਕੈਮਰਾ ਐਪਲੀਕੇਸ਼ਨ ਹੈਗੀ ਹੈ। ਤੁਸੀਂ ਪਲੇ ਸਟੋਰ ਦੇ ਵਿੱਚ ਜਾਣਾ ਹੈਗਾ, ਪਲੇ ਸਟੋਰ ਦੇ ਵਿੱਚ ਜਾ ਕੇ ਇਸ ਨੂੰ ਸਰਚ ਕਰੋਗੇ ਜਦੋਂ ਤੁਸੀਂ ਓਪਨ ਕੈਮਰਾ, ਤਾਂ ਫਿਰ ਓਪਨ ਕੈਮਰੇ ਦੀ ਐਪਲੀਕੇਸ਼ਨ ਆ ਜਾਵੇਗੀ, ਇਸ ਨੂੰ ਤੁਸੀਂ ਡਾਊਨਲੋਡ ਕਰਕੇ ਇੰਸਟਾਲ ਕਰ ਲਓ, ਤਾਂ ਉਸ ਤੋਂ ਬਾਅਦ ਇਸ ਐਪਲੀਕੇਸ਼ਨ ਦੇ ਵਿੱਚ ਜਾ ਕੇ ਤੁਸੀਂ ਫੋਟੋਆਂ ਜੇਕਰ ਖਿੱਚੋਗੇ ਤਾਂ ਤੁਹਾਡੀ ਆਮ ਤੁਹਾਡੇ ਮੋਬਾਈਲ ਦੇ ਕੈਮਰੇ ਦੇ ਨਾਲੋਂ ਕਈ ਗੁਣਾ ਬਿਹਤਰ ਫੋਟੋਆਂ ਤੁਹਾਡੀ ਖਿੱਚਣਗੀਆਂ ਅਤੇ ਕਈ ਗੁਣਾ ਬਿਹਤਰ ਤੁਹਾਡੀ ਵੀਡੀਓ ਇਹ ਓਪਨ ਕੈਮਰਾ ਐਪ ਹੈ ਉਹ ਬਣਾਵੇਗੀ। ਸੋ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਅਤੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਅਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਪੰਜਾਬੀ ਨੂੰ ਸਬਸਕ੍ਰਾਈਬ ਵੀ ਕਰ ਲਓ ਅਤੇ ਤੁਸੀਂ ਲਗਾਤਾਰ ਜਦੋਂ ਵੀ ਤੁਹਾਨੂੰ ਸਮਾਂ ਲੱਗੇ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ ਜੀ।